ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਕਿੱਦਾਂ ਜੀ ਸਾਰੇ? ਠੀਕ ਠਾਕ ਹੋ? ਵਧੀਆ ਹੋ? ਲਓ ਵੀ ਅੱਜ ਜਿਹੜਾ ਆਪਾਂ ਨੂੰ ਵੀਡੀਓ ਘੱਲਿਆ ਗਿਆ ਨਾ, ਮਤਲਬ ਕੋਈ ਸਿੱਖ ਪ੍ਰੀਚਰ ਜਾਂ ਕਹਿ ਲਓ ਕਿ ਸਿੱਖਾਂ ਦੀ ਮਹਿਫਲ ਲੱਗੀ ਹੈ, ਉਹਦੇ ਵਿੱਚ ਹਜ਼ਰਤ ਉਮਰੇ ਫਾਰੂਕ ਦਾ ਜਿਹੜਾ ਮਤਲਬ ਚਰਚਾ ਜ਼ਿਕਰ ਜਿਹੜਾ ਹੋ ਰਿਹਾ, ਕੋਈ ਗੱਲਬਾਤ ਹੋਈ ਹੈ, ਉਹ ਵੀਡੀਓ ਆਪਾਂ ਨੂੰ ਕਲਾਈ ਗਈ ਹੈ, ਉਹ ਆਪਾਂ ਵੇਖਣੀ ਹੈ। ਕਰੀਏ, ਵੇਖੀਏ ਫਿਰ। ਮੈਨੂੰ ਲੱਗਦਾ ਹੈ ਵੀ ਟਿਕਟੋਕ ਦੀ ਵੀਡੀਓ ਹੈ, ਕਿਸੇ ਨੇ ਲਿੰਕ ਉਵੇਂ ਆਪਾਂ ਨੂੰ ਦਿੱਤਾ। ਬੰਦੇ ਬੜੀ ਪਿਆਰੀ ਘਟਨਾ ਯਾਦ ਆ ਗਈ ਕਿ ਇੱਕ ਵਾਰ ਉਹਨਾਂ ਦਾ ਦੁਸ਼ਮਣ ਜੋ ਨਾਲ ਦਾ ਬਾਦਸ਼ਾਹ ਸੀ, ਨਾਲ ਦੇ ਦੇਸ਼ ਦਾ ਬਾਦਸ਼ਾਹ ਸੀ, ਉਹਨੇ ਹਜ਼ਰਤ ਉਮਰ ਨੂੰ ਖਤਮ ਕਰਨ ਵਾਸਤੇ ਆਪਣੇ ਗੁਲਾਮ ਨੂੰ ਭੇਜਿਆ ਔਰ ਉਹਨੂੰ ਕੁਛ ਇਤਰ ਦਿੱਤੇ, ਇਤਰ ਕਹਿੰਦੇ ਆ ਸੈਂਟ ਨੂੰ, ਔਰ ਨਾਲ ਇੱਕ ਜ਼ਹਿਰ ਦੀ ਸ਼ੀਸ਼ੀ ਦਿੱਤੀ ਔਰ ਇਹ ਗੱਲ ਕਹੀ ਕਿ ਪਹਿਲਾਂ ਇਤਰ ਦੇਈ, ਜਦੋਂ ਇਹਦੀ ਸਮੈਲੋ ਲੈਣਗੇ ਸੋਹਣੀ ਲੱਗੇਗੀ, ਫਿਰ ਨਾਲ ਹੀ ਉਹ ਇਤਰ ਵਿੱਚ ਜ਼ਹਿਰ ਦੀ ਸ਼ੀਸ਼ੀ ਰੱਖ ਦੇਈ। ਇਹ ਜ਼ਹਿਰ ਦੀ ਸ਼ੀਸ਼ੀ ਐਸੀ ਹੈ ਕਿ ਜਿਹੜਾ ਵੀ ਇਹਦੀ ਸਮੈਲ ਲੈਂਦਾ ਹੈ, ਯਾਨੀ ਇਹਦੀ ਮਹਿਕ ਲੈਂਦਾ, ਉਹ ਨਾਲ ਹੀ ਸੁੰਘਦੇ ਸਾਰੀ ਮਰ ਜਾਂਦਾ ਹੈ। ਹਜ਼ਰਤ ਉਮਰ ਦੀ ਮੌਤ ਹੋ ਜਾਏਗੀ ਔਰ ਨਾਲ ਉਸ ਬਾਦਸ਼ਾਹ ਨੇ ਕੁਛ ਧਨ ਭੇਜ ਦਿੱਤਾ ਔਰ ਨਾਲ ਇੱਕ ਕਹਿੰਦੇ ਹੈ ਗੁਲਾਮ ਔਰਤ ਨੂੰ ਭੇਜ ਦਿੱਤਾ ਜੋ ਬੜੀ ਸੁੰਦਰ ਸੀ। ਹੁਣ ਕਹਿੰਦੇ ਧਨ, ਗੁਲਾਮ ਔਰਤ ਔਰ ਨਾਲ ਉਸਨੇ ਉਹ ਇਤਰ ਭੇਜ ਦਿੱਤਾ ਕਿ ਇਹ ਨਜ਼ਰਾਨਾ ਦੇ ਦੇਈ ਮੇਰੇ ਵੱਲੋਂ, ਕਿਉਂਕਿ ਮਕਸਦ ਤਾਂ ਇਹ ਸੀ ਉਮਰ ਦੀ ਜਾਨ ਲੈਣ ਦਾ। ਜਦੋਂ ਇਹ ਗੁਲਾਮ ਪਹੁੰਚਿਆ ਮਦੀਨੇ ਵਿੱਚ, ਹਜ਼ਰਤ ਉਮਰ ਬਾਰੇ ਪੁੱਛਿਆ ਕਿ ਤੁਹਾਡਾ ਬਾਦਸ਼ਾਹ ਕਿੱਥੇ ਹੈ ਉਮਰ, ਤਾਂ ਲੋਕਾਂ ਨੇ ਦੱਸਿਆ ਕਿ ਸਾਡਾ ਬਾਦਸ਼ਾਹ ਉਮਰ ਉਹ ਤਾਂ ਫਕੀਰਾਂ ਦੀ ਤਰ੍ਹਾਂ ਰਹਿੰਦਾ ਹੈ। ਕਹਿਣ ਨੂੰ ਹੀ ਹੈ ਮੱਕੇ ਦਾ ਬਾਦਸ਼ਾਹ, ਪਰ ਰਹਿੰਦਾ ਫਕੀਰਾਂ ਦੀ ਤਰ੍ਹਾਂ ਹੈ, ਉਹ ਫਲਾਨੀ ਜਗ੍ਹਾ ਬੈਠਾ ਹੈ। ਜਦੋਂ ਕਹਿੰਦੇ ਇਹ ਗੁਲਾਮ ਗਿਆ, ਇਹਨਾਂ ਤਾਂ ਸੋਚਿਆ ਸੀ ਜਿੱਦਾਂ ਸਾਡਾ ਬਾਦਸ਼ਾਹ ਆਲੀਸ਼ਾਨ ਮਹਿਲਾਂ 'ਚ ਰਹਿੰਦਾ ਹੈ, ਇੱਦਾਂ ਹੀ ਰਹਿੰਦਾ ਹੋਏਗਾ, ਪਰ ਉਮਰ ਨੂੰ ਦੇਖਿਆ ਕਿ ਪੇੜ ਥੱਲੇ ਬੈਠੇ ਹੋਏ ਹੈ, ਉਹ ਵੀ ਥੱਲੇ ਬੋਰੀ ਵਿਛਾ ਕੇ। ਔਰ ਜਾ ਕੇ ਉਸਨੇ ਜਦੋਂ ਦੇਖਿਆ ਤਾਂ ਦੇਖ ਕੇ ਉਹਦੇ ਮਨ 'ਚ ਉਹ ਦਰਸ਼ਨ ਕਰਕੇ ਐਸੀ ਖਿੱਚ ਪਈ ਕਿ ਇਹ ਤਾਂ ਰੱਬ ਦਾ ਕੋਈ ਨੇਕ ਬੰਦਾ ਲੱਗਦਾ ਔਰ ਮੇਰਾ ਬਾਦਸ਼ਾਹ ਇਹਨੂੰ ਮਾਰਨਾ ਚਾਹੁੰਦਾ ਹੈ। ਜ਼ਰਾ ਸਮਝਣਾ ਸਾਰੇ ਜੀ। ਹੁਣ ਕਹਿੰਦੇ ਉਹ ਗੁਲਾਮ ਦੇ ਮਨ 'ਚ ਇੱਦਾਂ ਦੀ ਭਾਵਨਾ ਪੈਦਾ ਹੋਈ, ਉਹਨਾਂ ਉਮਰ ਨੂੰ ਕਿਹਾ, ਹਜ਼ਰਤ ਉਮਰ ਮੈਨੂੰ ਫਲਾਣੇ ਬਾਦਸ਼ਾਹ ਨੇ ਭੇਜਿਆ ਹੈ, ਤੁਹਾਡੇ ਵਾਸਤੇ ਕੁਛ ਨਜ਼ਰਾਨਾ ਲੈ ਕੇ ਆਇਆ ਹਾਂ। ਤਾਂ ਉਮਰ ਨੇ ਕਿਹਾ ਕਿਹੜਾ ਨਜ਼ਰਾਨਾ? ਉਹਨੇ ਦੱਸਿਆ ਜੀ ਆਹ ਦੌਲਤ। ਉਹ ਕਹਿੰਦੇ ਮਸਜਿਦ ਨਬਵੀ ਬਣ ਰਹੀ ਹੈ, ਯਾਨੀ ਹਜ਼ੂਰ ਦਾ ਮਦੀਨਾ ਬਣ ਰਿਹਾ ਹੈ, ਬਹੁਤ ਅੱਛਾ ਹੈ, ਇਹਨੂੰ ਮੈਂ ਕਬੂਲ ਕਰਦਾ, ਇਹ ਮਸਜਿਦ ਬਣਾਉਣ ਦੇ ਕੰਮ ਆਏਗੀ, ਕਿਉਂਕਿ ਉਸ ਵੇਲੇ ਮਦੀਨੇ ਦਾ ਕੰਮ ਚੱਲ ਰਿਹਾ ਸੀ ਜਿੱਥੇ ਹਜ਼ੂਰ ਮੁਹੰਮਦ ਦੀ ਮਜ਼ਾਰ ਹੈ। ਫਿਰ ਉਹਨੇ ਕਿਹਾ ਮੈਂ ਇੱਕ ਗੁਲਾਮ ਲੈ ਕੇ ਆਇਆ, ਯਾਨੀ ਲੜਕੀ ਨੂੰ ਕਿਹਾ ਜਾਂਦਾ ਹੈ ਗੁਲਾਮਾਂ ਨੂੰ, ਇਹ ਲੈ ਕੇ ਆਇਆ ਹਾਂ। ਹਜ਼ਰਤ ਉਮਰ ਨੇ ਜਦੋਂ ਉਹਦੀ ਤਰਫ ਦੇਖਿਆ ਤਾਂ ਦੇਖ ਕੇ ਕਿਹਾ ਸੁਭਾਨ ਅੱਲਾਹ, ਪਰਮਾਤਮਾ ਨੇ ਬੜੀ ਅੱਛੀ ਸੂਰਤ ਪੈਦਾ ਕੀਤੀ ਹੈ। ਫਿਰ ਹਜ਼ਰਤ ਉਮਰ ਨੇ ਇੱਕ ਨਾਲ ਹੀ ਨੌਜਵਾਨ ਬੈਠਾ ਸੀ ਜਿਹਦੀ ਸ਼ਾਦੀ ਨਹੀਂ ਹੋਈ ਸੀ, ਹਜ਼ਰਤ ਉਮਰ ਨੇ ਕਿਹਾ ਇਹ ਨੌਜਵਾਨ ਤੂੰ ਇਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ? ਉਹ ਕਹਿੰਦਾ ਜੀ ਹਾਂ। ਕਹਿੰਦੇ ਫਿਰ ਜਾ, ਇਹ ਮੈਂ ਤੇਰੇ ਇਖਤਿਆਰ 'ਚ ਦਿੱਤੀ, ਤੇਰਾ ਅੱਜ ਨਿਕਾਹ ਪੜਿਆ ਜਾਏਗਾ, ਅੱਜ ਤੋਂ ਇਹ ਤੇਰੀ ਪਤਨੀ ਹੈ। ਗੁਲਾਮ ਬੜਾ ਹੈਰਾਨ ਰਹਿ ਗਿਆ, ਕਹਿੰਦਾ ਮੈਂ ਤਾਂ ਸੋਚਿਆ ਸੀ ਤਾਂ ਸਾਡੇ ਬਾਦਸ਼ਾਹ ਕੋਈ ਚੀਜ਼ ਪਸੰਦ ਆ ਜਾਵੇ ਮੇਰੀ, ਪਰ ਇਹਨਾਂ ਦੇ ਅੰਦਰ ਤਾਂ ਕੋਈ ਅਸਰ ਹੀ ਨਹੀਂ ਹੈ। ਫਿਰ ਉਹਨੇ ਹਜ਼ਰਤ ਉਮਰ ਨੇ ਕਿਹਾ ਹੋਰ ਕੀ ਚੀਜ਼ ਹੈ? ਉਹਨਾਂ ਇਤਰ ਪੇਸ਼ ਕੀਤਾ, ਕਹਿੰਦਾ ਜੀ ਆਹ ਉਹ ਇਤਰ ਹੈ ਜਿਹੜਾ ਬੜਾ ਕੀਮਤੀ ਹੈ, ਇੱਕ ਵਾਰ ਕੱਪੜੇ ਨੂੰ ਲੱਗ ਜਾਵੇ ਤਾਂ ਕੱਪੜਾ ਧੋ ਧੋ ਕੇ ਫਟ ਜਾਂਦਾ, ਪਰ ਇਤਰ ਦੀ ਸਮੈਲ ਉਹਦੀ ਮਹਿਕ ਨਹੀਂ ਜਾਂਦੀ। ਹਜ਼ਰਤ ਉਮਰ ਨੇ ਕਿਹਾ ਲਿਆ ਫਿਰ, ਇਹ ਮੇਰੀ ਹਜ਼ੂਰ ਦੀ ਮਜ਼ਾਰ 'ਤੇ ਸੁੱਟਣ ਦੇ ਕੰਮ ਆਏਗਾ, ਕਿਉਂਕਿ ਮੇਰੇ ਹਜ਼ੂਰ ਦੀ ਮਜ਼ਾਰ 'ਚੋਂ ਮਹਿਕ ਆਉਣੀ ਚਾਹੀਦੀ, ਮੇਰੇ ਮੁਰਸ਼ਦ ਦੀ ਮਜ਼ਾਰ 'ਚੋਂ। ਇਹ ਆਸ਼ਿਕ ਦਾ ਪ੍ਰੇਮ। ਹੁਣ ਜਦੋਂ ਉਹਨਾਂ ਦੇਖਿਆ ਆਪਣੇ ਵਾਸਤੇ ਤਾਂ ਰੱਖਿਆ ਹੀ ਕੁਛ ਨਹੀਂ, ਇੰਨਾ ਰੱਬ ਨਾਲ ਪਿਆਰ ਕਰਨ ਵਾਲਾ ਆਪਣੇ ਮੁਰਸ਼ਦ ਨਾਲ, ਤਾਂ ਉਹਦੇ ਮਨ 'ਚ ਇੱਕੋ ਹੀ ਗੱਲ ਆਈ, ਕਹਿੰਦਾ ਇੰਨਾ ਨੇਕ ਆਦਮੀ, ਹੁਣ ਜੇ ਮੈਂ ਜ਼ਹਿਰ ਦੀ ਸ਼ੀਸ਼ੀ ਦੇਵਾਂ, ਇਹ ਦੁਨੀਆਂ ਤੋਂ ਚਲਾ ਗਿਆ,
ਤਾਂ ਫਿਰ ਮੈਂ ਤੇਰੇ ਹੱਥੋਂ ਬਹੁਤ ਬੜਾ ਪਾਪ ਹੋਏਗਾ। ਇਸ ਲਈ ਉਹਨਾਂ ਕੀ ਕੀਤਾ, ਉਹ ਸ਼ੀਸ਼ੀ ਦਿੱਤੀ। ਹਜ਼ਰਤ ਉਮਰ ਕਹਿੰਦੇ ਹੋਰ ਕੁਛ ਹੈ? ਉਹ ਕਹਿੰਦਾ ਜੀ ਆਹ ਸ਼ੀਸ਼ੀ ਹੈ। ਕਹਿੰਦੇ ਕੀ ਹੈ? ਉਹ ਕਹਿੰਦਾ ਜੀ ਸੱਚ ਦੱਸਾਂ ਇਹਦੇ 'ਚ ਜ਼ਹਿਰ ਹੈ। ਇਹ ਜ਼ਹਿਰ ਦੀ ਗੰਧ ਲੈਣ ਨਾਲ ਹੀ, ਮਹਿਕ ਲੈਣ ਨਾਲ ਹੀ ਬੰਦਾ ਮਰ ਜਾਂਦਾ ਹੈ। ਇਸ ਲਈ ਹੁਣ ਭੇਜਿਆ ਤਾਂ ਮਾਰਨ ਵਾਸਤੇ ਸੀ, ਪਰ ਉਹਨਾਂ ਗੱਲ ਕਿੱਦਾਂ ਬਦਲੀ ਕਿ ਇਹ ਭੇਜਿਆ ਹੈ ਤਾਂ ਕਿ ਜੇ ਕੋਈ ਤੁਹਾਡਾ ਦੁਸ਼ਮਣ ਹੋਵੇ, ਜਿਹੜਾ ਤੁਹਾਨੂੰ ਲੱਗੇ ਮੇਰਾ ਦੁਸ਼ਮਣ ਹੈ, ਤਾਂ ਇਹ ਜ਼ਹਿਰ ਤੁਸੀਂ ਉਹਨੂੰ ਦੇ ਕੇ ਮਾਰ ਸਕਦੇ ਹੋ। ਹਜ਼ਰਤ ਉਮਰ ਨੇ ਹੱਸ ਕੇ ਸ਼ੀਸ਼ੀ ਪਕੜੀ, ਕਹਿੰਦੇ ਹੈ ਇੱਕ ਮੇਰਾ ਸਭ ਤੋਂ ਬੜਾ ਦੁਸ਼ਮਣ, ਅੱਛਾ ਕੀਤਾ ਤੂੰ ਜ਼ਹਿਰ ਲਿਆਇਆ। ਉਹ ਕਹਿੰਦਾ ਜੀ ਕਿਹੜਾ ਤੁਹਾਡਾ ਦੁਸ਼ਮਣ ਹੈ? ਕਿਉਂਕਿ ਜਿੱਥੇ ਤੱਕ ਤੁਸੀਂ ਮੈਨੂੰ ਨਜ਼ਰ ਆਉਂਦੇ ਹੋ, ਤੁਹਾਡਾ ਦੁਸ਼ਮਣ ਤਾਂ ਕੋਈ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਹੈ ਲਿਆ, ਬਹੁਤ ਅੱਛਾ ਹੋਇਆ ਤੂੰ ਜ਼ਹਿਰ ਲਿਆਇਆ। ਉਹ ਕਹਿੰਦੇ ਜੀ ਦੁਸ਼ਮਣ ਕਿਹੜਾ ਹੈ? ਤਾਂ ਹਜ਼ਰਤ ਉਮਰ ਕਹਿੰਦੇ ਤੂੰ ਨਹੀਂ ਜਾਣ ਸਕਦਾ, ਕਿਉਂਕਿ ਮੇਰਾ ਦੁਸ਼ਮਣ ਮੇਰੇ ਅੰਦਰ ਬੈਠਾ ਨਫਸ, ਇਹ ਮਨ, ਤੇਰਾ ਗੌਰ ਕਰਨਾ। ਕਹਿੰਦੇ ਅੱਛਾ ਹੋਇਆ ਇਹਨੂੰ ਲਿਆਇਆ, ਇਹ ਦੁਸ਼ਮਣ ਦਾ ਮਰਨਾ ਜ਼ਰੂਰੀ ਸੀ। ਔਰ ਤੂੰ ਕਹਿੰਦਾ ਹੈ ਇਹਦੀ ਮਹਿਕ ਲੈਣ ਨੇ ਬੰਦਾ ਮਰ ਜਾਂਦਾ? ਉਹ ਕਹਿੰਦਾ ਜੀ ਹਾਂ। ਉਹਨਾਂ ਨੇ ਸ਼ੀਸ਼ੀ ਖੋਲੀ, ਪੀ ਗਏ, ਬਿਸਮਿਲਲਾ ਕਹਿ ਕੇ ਰੱਬ ਦਾ ਨਾਂ ਲੈ ਕੇ ਸ਼ੀਸ਼ੀ ਪੀ ਗਏ। ਉਹ ਗੁਲਾਮ ਦਾ ਤਾਂ ਹੱਥ ਪੈਰ ਕੰਬਣ ਲੱਗ ਗਏ। ਜਿਹਦੀ ਮਹਿਕ ਲੈਣ ਨੇ ਬੰਦਾ ਮਰ ਸਕਦਾ, ਇੰਨਾ ਸ਼ਕਤੀਸ਼ਾਲੀ ਖਤਰਨਾਕ ਜ਼ਹਿਰ, ਉਹ ਪੂਰੀ ਸ਼ੀਸ਼ੀ ਪੀ ਗਏ, ਛੋਟੀ ਗਈ, ਇਹ ਤਾਂ ਹੁਣ ਖਤਮ। ਹਜ਼ਰਤ ਉਮਰ ਬੈਠ ਗਏ, ਚਿਹਰਾ ਲਾਲ ਹੋ ਗਿਆ, ਪਸੀਨਾ ਆਉਣਾ ਸ਼ੁਰੂ ਹੋ ਗਿਆ, ਔਰ ਇਹ ਗੁਲਾਮ ਡਰਨਾ ਸ਼ੁਰੂ ਹੋ ਗਿਆ। 10-15 ਮਿੰਟ ਬਾਅਦ ਹਜ਼ਰਤ ਉਮਰ ਨੇ ਅੱਖਾਂ ਖੋਲੀਆਂ, ਮੁਸਕੁਰਾਏ, ਕਹਿੰਦੇ ਡਰ ਕਿਉਂ ਰਿਹਾ ਹੈ? ਫਿਕਰ ਨਾ ਕਰ, ਮੈਂ ਆਪਣੇ ਮਾਲਿਕ ਦੇ ਵਿਸ਼ਵਾਸ ਤੇ ਜ਼ਹਿਰ ਪੀਤਾ ਹੈ, ਔਰ ਮੇਰੇ ਮਾਲਿਕ ਦੀ ਤਾਕਤ ਜ਼ਹਿਰ ਨਾਲ ਬਹੁਤ ਬੜੀ। ਜਿੱਦਾਂ ਮੀਰਾ ਨੇ ਸਤਿਗੁਰ ਦੇ ਭਰੋਸੇ ਜ਼ਹਿਰ ਪੀ ਲਿਆ ਸੀ ਨਾ, ਤਾਂ ਜ਼ਹਿਰ ਨੇ ਉਹਨਾਂ ਕੁਛ ਨਹੀਂ ਵਿਗਾੜਿਆ। ਹਜ਼ਰਤ ਉਮਰ ਨੇ ਕੀ ਸਾਬਿਤ ਕੀਤਾ? ਉਹ ਕਹਿੰਦੇ ਦੁਨੀਆਂ ਦੇ ਕੋਈ ਵੀ ਜ਼ਹਿਰ ਉਹਦੀ ਰਹਿਮਤ ਤੋਂ ਬੜਾ ਨਹੀਂ ਹੈ। ਇਸ ਲਈ ਇਹ ਮਿਸਾਲ ਤੁਹਾਨੂੰ ਕਿਉਂ ਦੱਸੀ ਕਿ ਤੁਹਾਡੇ ਜੀਵਨ 'ਚ ਵੀ ਕਈ ਵਾਰ ਅਸੀਂ ਕੀ ਕਰਦੇ, ਛੋਟੀਆਂ ਚੀਜ਼ਾਂ ਤੋਂ ਡਰਦੇ ਰਹਿੰਦੇ, ਆਹ ਖਾ ਲਿਆ ਮੈਨੂੰ ਕੁਛ ਹੋ ਜਾਏਗਾ, ਆਹ ਖਾ ਲਿਆ ਮੈਨੂੰ ਕਿਸੇ ਨੇ ਦੇ ਦਿੱਤਾ ਕੋਈ ਲੱਡੂ ਦੇ ਦਿੱਤਾ, ਮੈਨੂੰ ਕਿਸੇ ਨਾਲ ਕਰ ਦਿੱਤਾ, ਉਹ ਵੀ ਵਹਿਮ ਹੈ ਮੈਨੂੰ ਕੁਛ ਹੋ ਜਾਏਗਾ। ਯਾਦ ਰੱਖੋ ਆਪਣੇ ਮਾਲਿਕ 'ਤੇ ਇੰਨਾ ਭਰੋਸਾ ਰੱਖੋ, ਉਹਦਾ ਨਾਮ ਲੈ ਕੇ ਜਦੋਂ ਵੀ ਖਾਈਏ, ਉਹਨੂੰ ਯਾਦ ਕਰਕੇ ਭੋਜਨ ਕਰੀਏ, ਤਾਂ ਫਿਰ ਕਿਸੇ ਵੀ ਚੀਜ਼ 'ਚ ਇੰਨੀ ਤਾਕਤ ਹੈ ਨਹੀਂ ਜੋ ਸਾਡਾ ਕੁਛ ਵਿਗਾੜ ਸਕੇ। ਬਸ ਆਪਣੀ ਸੁਰਤੀ, ਆਪਣਾ ਧਿਆਨ ਆਪਣੇ ਮਾਲਿਕ ਵੱਲ ਰੱਖਣਾ ਹੈ। ਤਾਂ ਜਿੱਦਾਂ ਹਜ਼ਰਤ ਉਮਰ ਨੇ ਕਿਹਾ ਕਿ ਸਭ ਤੋਂ ਬੜਾ ਦੁਸ਼ਮਣ ਤਾਂ ਮੇਰੇ ਅੰਦਰ ਹੈ, ਤਾਂ ਤੁਸੀਂ ਵੀ ਜ਼ਰਾ ਸੋਚੋ ਇਹ ਗੱਲ ਨੂੰ ਕਿ ਸਭ ਤੋਂ ਬੜਾ ਦੁਸ਼ਮਣ ਕਿੱਥੇ ਹੈ? ਤੁਸੀਂ ਕਹਿੰਦੇ ਉਹ ਗੁਆਂਢੀ ਮੇਰਾ ਦੁਸ਼ਮਣ, ਉਹ ਫਲਾਨਾ ਇਨਸਾਨ ਮੇਰਾ ਦੁਸ਼ਮਣ। ਉਹ ਕਹਿੰਦੇ ਸਭ ਤੋਂ ਬੜਾ ਦੁਸ਼ਮਣ ਤਾਂ ਤੇਰੇ ਅੰਦਰ ਬੈਠਾ ਇਹ ਮਨ, ਜੋ ਵਹਿਮਾਂ ਭਰਮਾਂ ਨਾਲ ਜੁੜ ਗਿਆ ਤਾਂ ਤੇਰਾ ਦੁਸ਼ਮਣ ਹੈ, ਜਦੋਂ ਪ੍ਰਭੂ ਦੇ ਵਿਸ਼ਵਾਸ ਨਾਲ ਜੁੜ ਗਿਆ ਤਾਂ ਇਹੀ ਤੇਰਾ ਮਿੱਤਰ ਬਣ ਜਾਂਦਾ ਹੈ। ਇਸ ਲਈ ਆਪਣੇ ਪ੍ਰਭੂ ਤੇ ਵਿਸ਼ਵਾਸ ਰੱਖਾਂਗੇ ਤਾਂ ਫਿਰ ਇਹ ਮਨ ਹੀ ਸਾਡਾ ਮਿੱਤਰ ਬਣ ਜਾਂਦਾ। ਵਧੀਆ ਗੱਲਬਾਤ ਕੀਤੀ ਉਹਨਾਂ ਨੇ, ਅੱਛਾ ਲੈਸਨ ਦਿੱਤਾ। ਅੱਛਾ ਲੈਸਨ ਹੈ, ਵੇਖੋ ਜੀ ਆਪਣੇ ਨਫਸ 'ਤੇ ਤੁਸੀਂ ਜਦੋਂ ਕਾਬੂ ਪਾਓਗੇ ਨਾ, ਔਰ ਇੱਕ ਚੀਜ਼ ਕਿ ਅਸੀਂ ਐਜ਼ ਆ ਮੁਸਲਿਮ ਵੀ ਕੋਈ ਵੀ ਚੀਜ਼ ਆਪਾਂ ਖਾਂਦੇ ਹਾਂ ਜਾਂ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ, ਮਤਲਬ ਬਿਸਮਿਲਲਾ ਤੋਂ ਸਟਾਰਟ ਕਰਦੇ ਹਾਂ, ਅਤੇ ਵੇਖੋ ਜੀ ਬੜੀ ਤਾਕਤ ਹੈ, ਔਰ ਫੇਥ, ਯਕੀਨ, ਬਿਲੀਵ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ। ਅਗਰ ਤੁਸੀਂ ਉਹ ਹੈ ਤੁਹਾਡੇ ਵਿੱਚ ਤਾਂ ਤੁਹਾਨੂੰ ਕੁਛ ਵੀ ਨਹੀਂ ਹੋ ਸਕਦਾ। ਤੁਹਾਨੂੰ ਪਤਾ ਕਿ ਰੱਬ ਦੇ ਹੁਕਮ ਤੋਂ ਬਗੈਰ ਤਾਂ ਕੋਈ ਚੀਜ਼ ਨਹੀਂ ਹੋ ਸਕਦੀ, ਪੱਤਾ ਵੀ ਨਹੀਂ ਹਿੱਲਣਾ, ਅਤੇ ਫਿਰ ਕੁਛ ਵੀ ਹੋਵੇ ਤੁਸੀਂ। ਅੱਛਾ ਮੇਰੀ ਨਾ ਇੱਕ ਚੀਜ਼ ਪਤਾ ਨਹੀਂ ਕੀ, ਮੈਨੂੰ ਨਾ, ਮੈਂ ਵਾਈਲਡ ਡਰਾਈਵਿੰਗ ਨਾ, ਮੈਂ ਜਦੋਂ ਡਰਾਈਵ ਕਰ ਰਿਹਾ ਹਾਂ, ਮੇਰੇ ਜ਼ਿਹਨ 'ਚ ਕੋਈ ਇਹੋ ਜਿਹਾ ਗਲਤ ਖਿਆਲ ਆਏਗਾ ਨਾ ਕਿ ਯਾਰ ਖੁਦਾ ਨਾ ਖਾਸ ਤਾਂ ਐਕਸੀਡੈਂਟ ਹੋ ਜਾਏ ਜਾਂ ਇੱਧਰੋਂ ਗੱਡੀ ਆ ਕੇ ਵੱਜ ਜਾਏ ਜਾਂ ਇੱਧਰੋਂ ਵੱਜ ਜਾਏ, ਜਦੋਂ ਵੀ ਮੇਰੇ ਜ਼ਿਹਨ 'ਚ ਆਉਣਾ ਨਾ ਡਰਾਈਵ ਕਰਦੇ ਹਾਂ, ਮੈਂ ਦਰੂਦ ਸ਼ਰੀਫ ਪੜ੍ਹਨਾ। ਅੱਲਾ ਦਾ ਸ਼ੁਕਰ ਹੈ ਕਿ ਅੱਜ ਤੱਕ ਨਾ ਕੋਈ ਐਵੇਂ ਦਾ ਕੋਈ ਪ੍ਰੋਬਲਮ ਮਸਲਾ ਨਹੀਂ ਆਇਆ ਡਰਾਈਵ ਕਰਦੇ ਹਾਂ।
ਔਰ ਇਹ ਨਹੀਂ ਕਿ ਥੋੜ੍ਹੀ ਜਿਹੀ ਗੱਡੀ ਚੱਲੀ ਹੈ ਨਾ ਕਿ ਮੈਂ ਅੱਗੇ ਪੜ੍ਹਿਆ, ਭਾਵੇਂ ਤੁਸੀਂ ਇੱਕ ਮਿੰਟ ਹੀ ਹੋਇਆ ਮੈਨੂੰ ਫਿਰ ਖਿਆਲ ਆ ਗਿਆ ਮੈਂ ਫਿਰ ਦਰੂਜ ਸ਼ਰੀਫ ਪੜ੍ਹ ਲੈਣਾ। ਬਿਲਕੁਲ ਸਹੀ ਕਰਦੇ ਹੋ। ਅੱਛਾ ਆਪਾਂ ਮੋਟਰਵੇ 'ਤੇ ਜਾਈਏ, ਆਪਾਂ ਸਪੀਡ 'ਚ ਕ੍ਰਾਸਿੰਗ ਕਰਨ ਲੱਗੀਏ, ਹੁਣ ਕਈ ਦਫ਼ਾ ਆਈਡੀਆ ਹੁੰਦਾ ਕਿ ਗੱਡੀ ਇੱਥੋਂ ਨਹੀਂ ਨਿਕਲਣੀ, ਮੈਂ ਦਰੂਜ ਸ਼ਰੀਫ ਪੜ੍ਹਨਾ ਸ਼ੁਰੂ ਕਰ ਦੇਣਾ, ਗੱਡੀ ਨਿਕਲ ਜਾਂਦੀ ਹੈ। ਕਿ ਜਿਹੜੇ ਸਿੱਖ ਭਰਾ ਨੇ ਉਹ ਵੇਖੋ ਕਿ ਉਹਨਾਂ ਦੀ ਮਹਿਫਲ ਦੇ ਵਿੱਚ ਅਗਰ ਸਾਡੇ ਨਬੀਆਂ ਦੀਆਂ ਪੈਗੰਬਰਾਂ ਦੀਆਂ ਮਤਲਬ ਸਾਹਿਬਾਂ ਦੀਆਂ ਗੱਲਾਂ ਹੋਣ ਡੀਆਂ ਨੇ, ਤੇ ਇਟ ਮੀਨਸ ਕਿ ਇੱਕ ਅੱਛਾ ਲੈਸਨ, ਉਹਦੇ ਨਾਲ ਸਾਨੂੰ ਵੀ ਇੱਕ ਗੁੱਡ ਵਾਈਬਸ ਆਉਂਦੀਆਂ ਨੇ, ਇੱਕ ਮਤਲਬ ਆਉਂਦਾ ਕਿ ਯਾਰ ਹਾਂ ਵਧੀਆ ਲੱਗਦਾ। ਔਰ ਇਹਦਾ ਮਤਲਬ ਇਹ ਨਾ ਕਿ ਇਨਸਪਾਇਰਡ ਨੇ ਸਾਡੇ ਮਜ਼ਹਬ ਤੋਂ, ਮਤਲਬ ਇਹ ਚੀਜ਼ ਹੈ ਵੇਖੋ ਜੀ, ਅੱਛੀ ਚੀਜ਼ ਜਿਹੜੀ ਵੀ ਉਹਨਾਂ ਨੇ ਪਿੱਕ ਕਰਨੀ ਚਾਹੀਦੀ ਉਹ ਕਿਸੇ ਵੀ ਮਜ਼ਹਬ ਦੀ ਹੋਵੇ, ਕਿਸੇ ਵੀ ਮਜ਼ਹਬ ਦੀ ਅਗਰ ਕੋਈ ਅੱਛੀ ਚੀਜ਼ ਹੈ ਨਾ ਤਾਂ ਉਹਨੂੰ ਪਿੱਕ ਕਰੋ। ਕਿ ਔਰ ਹਰ ਮਜ਼ਹਬ ਜਿਹੜਾ ਹੈ ਉਹ ਪਿਆਰ ਦਾ, ਮੁਹੱਬਤ ਦਾ ਔਰ ਸਿੱਧੀ ਰਾਹ ਵਹਾਉਣ ਦਾ ਤਰਸ ਦਿੰਦਾ। ਕੋਈ ਸ਼ੱਕ ਨਹੀਂ। ਅੱਛਾ ਤੇ ਸਿੱਖ ਵੀਰੇ ਸਪੈਸ਼ਲ ਨਾ ਇੱਜ਼ਤ ਰਿਸਪੈਕਟ ਦੇਣ ਵੱਲੋਂ ਮੈਂ ਕਹਿੰਦਾ ਵਾਂ ਕਿ ਨੰਬਰ 1 ਨੇ ਦੁਨੀਆ ਵਿੱਚ, ਕੋਈ ਸ਼ੱਕ ਨਹੀਂ। ਜਿੰਨੀ ਉਹ ਇੱਜ਼ਤ ਤੇ ਰਿਸਪੈਕਟ ਦਿੰਦੇ ਨੇ ਸਾਨੂੰ, ਜਾਂ ਅਸੀਂ ਜਿਹੜੇ ਉਹਨਾਂ ਫੀਲ ਕੀਤਾ ਹੁਣ ਆਪਾਂ ਵੀਡੀਓਜ਼ ਬਣਾਈ ਦੀਆਂ ਨੇ ਜਿਹੜੇ ਕਮੈਂਟਸ ਆਉਂਦੇ ਨੇ, ਤੁਸੀਂ ਨਾ ਅਸੀਂ ਦਿਲੀ ਤੌਰ ਤੇ ਉਹਨਾਂ ਨਾਲ ਅਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਥੇ ਪੰਜਾਬ ਦੇ ਵਿੱਚ ਬੈਠੇ ਹਾਂ ਆਪਾਂ, ਆਪਾਂ ਨੂੰ ਓਨੀ ਰਿਸਪੈਕਟ ਸਿੰਧੀ ਇਹ ਬਲਕਿ ਖਿਲਾਫ ਨੇ ਇੱਕ ਦੂਜੇ ਸਾਡੇ, ਸਿੰਧੀ ਹੋ ਗਏ, ਬਲੋਚੀ ਹੋ ਗਏ, ਪਠਾਨ ਹੋ ਗਏ ਜਾਂ ਕੋਈ ਹੋਰ ਹੋ ਗਿਆ, ਲੇਕਿਨ ਜੋ ਰਿਸਪੈਕਟ ਆਪਾਂ ਨੂੰ ਸਿੱਖਾਂ ਤੋਂ ਮਿਲਦੀ ਹੈ ਉਧਰੋਂ ਮਿਲਦੀ ਹੈ, ਉਹ ਤੁਹਾਨੂੰ ਇੱਥੇ ਇੱਧਰ ਪਾਕਿਸਤਾਨੀ ਵੀ ਨਹੀਂ ਗੇ ਦਿੰਦੇ। ਸਾਨੂੰ ਵੇਖਿਆ ਨਹੀਂ ਫੋਨ 'ਤੇ ਹੁਣ ਸਾਡੇ ਸਿੱਖ ਭਰਾਵਾਂ ਨਾਲ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਹੈ, ਅਸੀਂ ਉਹਨਾਂ ਨੂੰ ਆਪਣੀ ਫੈਮਿਲੀ ਦਾ ਹਿੱਸਾ ਸਮਝਦੇ ਹਾਂ, ਬਲਕਿ ਅਸੀਂ ਫੈਮਿਲੀ ਹਾਂ। ਫੈਮਿਲੀ ਨੇ ਯਾਰ, ਜਿਹੜਾ ਬੰਦਾ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੱਕ ਸਾਨੂੰ, ਭੈਣਾਂ ਦੀਆਂ ਸਾਡੀਆਂ ਦੀ ਉਧਰੋਂ ਮਤਲਬ ਤਸਵੀਰਾਂ ਤੱਕ ਭੇਜ ਦਿੰਦੇ ਨੇ, ਤੇ ਫਿਰ ਉਹ ਸਮਝ ਲਓ ਉਹਨੇ ਤੁਹਾਡੇ ਤੋਂ ਕੋਈ ਚੀਜ਼ ਦਾ ਔਲਾ ਨਹੀਂ ਰੱਖਿਆ, ਤੇ ਫਿਰ ਉਹ ਤੁਹਾਡੀ ਫੈਮਿਲੀ ਦਾ ਹਿੱਸਾ ਨੇ, ਫੈਮਿਲੀ ਦਾ ਹਿੱਸਾ ਨੇ, ਉਹ ਤੇ ਸਾਡੀ ਹੁਣ ਫੈਮਿਲੀ ਬਣ ਚੁੱਕੇ ਨੇ ਜਿਹੜੇ ਸਾਡੇ ਨਾਲ ਬਿਲਕੁਲ ਕੰਟੈਕਟ, ਜਿਹਨੂੰ ਸਾਡੇ ਭਰਾ ਨੇ ਵੀਰ ਨੇ ਸਾਡੇ। ਬਾਕੀ ਵਧੀਆ ਵੀਡੀਓ ਸੀ, ਮੈਂ ਕੱਲ ਇੱਕ ਵੀਡੀਓ ਦੇਖੀ ਸੀ ਤੇ ਉਹਦੇ ਵਿੱਚ ਵਿਖਾ ਰਹੇ ਸੀ ਕਿ ਜੰਜ ਅੱਜ ਕੱਲ ਇੰਡੀਆ ਦੇ ਵਿੱਚ ਡਾਕਟਰ ਮੋਮਿਤਾ ਦਾ ਕੇਸ ਚੱਲ ਰਿਹਾ, ਬੜਾ ਮਸਲਾ ਬਣਿਆ ਹੈ, ਤੇ ਨਾ ਇੰਜਨ ਨੇ ਆਖਿਆ ਅਫਗਾਨਿਸਤਾਨ ਦੀ ਰਿਆਸਤ ਦੇ ਵਿੱਚ ਨਾ ਇੱਕ ਹੋਇਆ ਸੀ, ਤੇ ਅਫਗਾਨਿਸਤਾਨ ਦੇ ਵਜ਼ੀਰ ਨੇ ਨਾ ਪੁਲਿਸ ਵਾਲਿਆਂ ਨੂੰ ਬੁਲਾ ਕੇ ਨਾ ਤੇ ਕਿਹਾ ਸੀ ਇਹ ਲੜਕੀ ਚੀਖ ਮਾਰੇਗੀ, ਤੁਸੀਂ ਅੱਧਾ ਕਿਲੋਮੀਟਰ ਦੇ ਨਾ ਫਾਸਲੇ 'ਤੇ ਜਾ ਕੇ ਖਲੋ ਜਾਣਾ, ਮੈਂ ਦੇਖਦਾ ਵਾਂ ਤੁਹਾਨੂੰ ਇਹਦੀ ਨਾ ਆਵਾਜ਼ ਸੁਣਾਈ ਦੇਗੀ ਨੇ। ਉਸ ਲੜਕੀ ਨੇ ਮਾਰੀ ਅਤੇ ਪੁਲਿਸ ਵਾਲਿਆਂ ਨੂੰ ਜਦੋਂ ਉਹਨੇ ਵਜ਼ੀਰ ਨੇ ਪੁੱਛਿਆ ਕਿ ਇਹਦੀ ਆਵਾਜ਼ ਸੁਣਾਈ ਦਿੱਤੀ ਕਿ ਨਹੀਂ, ਉਹਨੇ ਆਖਿਆ ਸੁਣਾਈ ਦਿੱਤੀ, ਅਤੇ ਉਹਨੇ ਆਖਿਆ ਅੱਧਾ ਕਿਲੋਮੀਟਰ ਦੇ ਵਿੱਚ ਜਿੰਨੇ ਮਰਦ ਜਿਹੜੇ ਘਰਾਂ ਵਿੱਚ ਹੈਗੇ ਨੇ ਨਾ ਸਭ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਉਹਨੇ ਆਖਿਆ ਕਿੰਜ ਹੋ ਸਕਦਾ ਕੋਈ ਔਰਤ ਚਲਾਵੇ ਅਤੇ ਮਰਦਾਂ ਦੇ ਕੰਨਾਂ 'ਚ ਆਵਾਜ਼ ਨਾ ਪਵੇ ਅਤੇ ਕੋਈ ਉਹਦੀ ਮਦਦ ਵਾਸਤੇ ਨਾ ਆਵੇ, ਫੌਰੀ ਇਨਸਾਫ ਜਾਂ ਨਹੀਂ ਮਿਲੇ। ਮੈਂ ਚੀਜ਼ ਕਿ ਅਗਰ ਆਪਣੇ ਜਿਹੜੇ ਕੁਛ ਇਸਲਾਮਿਕ ਰੂਲਸ ਨੇ ਨਾ ਭਾਈ ਸਾਹਿਬ, ਹੈ ਤਾਂ ਬਹੁਤ ਸਖ਼ਤ ਨੇ, ਸਖ਼ਤ ਨੇ, ਅਗਰ ਉਹ ਇੰਪਲੀਮੈਂਟ ਕਰ ਦਿੱਤੇ ਜਾਣ ਨਾ, ਤਾਂ ਅੱਜ ਕੱਲ੍ਹ ਜੋ ਮੁਹਾਸ਼ਰੇ 'ਚ ਹੋ ਰਿਹਾ, ਵੇਖੋ ਜੀ ਜਿਹੜਾ ਬੰਦਾ ਜ਼ਨਾਹਕਾਰੀ ਜਾਂ ਇਵੇਂ ਦਾ ਕੰਮ ਕਰਦਾ ਉਹਨੂੰ ਸਰੇ ਆਮ ਪੱਥਰ ਮਾਰ ਮਾਰ ਕੇ ਜਿਹਨੇ ਤਾਂ ਸੰਸਾਰ ਕਰੋ ਉਹਦਾ, ਠੀਕ ਹੈ, ਮੇਰਾ ਨਹੀਂ ਖਿਆਲ ਕਿ ਦੂਜੀ ਵਾਰੀ ਕਰੇਗਾ। ਸਰ ਸਾਊਦੀ ਅਰਬ ਚੋਰੀ ਕਰਦਾ ਤੇ ਉਹਦਾ ਹੱਥ ਵੱਢੋ, ਚੋਰੀ ਕਰਦਾ, ਆਪ ਸੱਲਮ ਨੇ ਫਰਮਾਇਆ ਸੀ ਮੇਰੀ ਬੇਟੀ ਫਾਤਮਾ ਵੀ ਅਗਰ ਚੋਰੀ ਕਰੀ ਤੇ ਉਹਦੇ ਵੀ ਹੱਥ ਵੱਢਿਆ ਜਾਂਦਾ, ਦੇਖ ਲਓ ਇੱਥੇ ਤੱਕ ਹੈ ਕਿ ਅਗਰ ਕੋਈ ਚੋਰੀ ਕਰਦਾ ਅਗਰ ਆਪ, ਲੇਕਿਨ ਸਾਡਾ ਕੀ ਹੈ ਕਿ ਅਸੀਂ ਉਹ ਹਿਊਮੈਨਿਟੀ ਯਾਰ ਇਨਸਾਨੀਅਤ ਕੋਨੀ, ਯੇ ਕੋਨੀ, ਉਹ ਕੋਨੀ, ਉਹਦੇ ਵਿੱਚ ਪੈ ਕੇ ਨਾ ਅਸੀਂ ਇਹ ਨਾਟ ਓਨਲੀ ਇਨ ਇਸਲਾਮ ਬਲਕਿ ਸਿੱਖੀਜ਼ਮ ਜਿੰਨੇ ਵੀ ਦੂਸਰੇ ਰਿਲੀਜਨ ਨੇ ਇਹਦੇ ਵਿੱਚ ਇਹੋ ਜਿਹੜੇ ਗਲਤ ਕੰਮ ਨੇ ਉਹਨਾਂ ਦੀ ਬੜੀ ਸਖ਼ਤ ਸਜ਼ਾ ਹੈ ਹਰ ਬੁੱਕ ਦੇ ਵਿੱਚ। ਸਰ ਦੇਖੋ ਅਮਰੀਕਾ ਤਰੱਕੀ ਯਾਫਤਾ ਦੁਨੀਆ ਦਾ ਮੁਲਕ ਹੈ, ਉੱਥੇ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ, ਇੱਥੇ ਪਾਕਿਸਤਾਨ ਵੇਖ ਲਓ ਜਾਂ ਏਸ਼ੀਆ ਦੇ ਸਾਰੇ ਮੁਲਕ ਵੇਖ ਲਓ, ਲੇਕਿਨ ਉਹਦੇ ਵਿੱਚ ਤੁਸੀਂ ਵੇਖੋ ਸਾਊਦੀ ਅਰਬ ਅਤੇ ਇਰਾਨ
ਜਾਂ ਗਲਫ ਕੰਟਰੀਜ਼ ਜਿੱਥੇ ਇਸਲਾਮਿਕ ਰੂਲਸ ਇੰਪਲੀਮੈਂਟ ਹੁੰਦੇ ਨੇ ਉੱਥੇ ਕ੍ਰਾਈਮ ਰੇਟ ਜ਼ੀਰੋ ਹੈ। ਸਾਊਦੀ ਅਰਬ 'ਚ ਕੋਈ ਚੋਰੀ ਨਹੀਂ ਕਰਦਾ, ਦੁਕਾਨਾਂ ਖੁੱਲੀਆਂ ਨੇ, ਤੁਸੀਂ ਨਮਾਜ਼ ਪੜ੍ਹਨ ਜਾਓ, ਓਪਨ ਪਈਆਂ ਨੇ। ਇਰਾਨ ਵਿੱਚ ਸਖਤ ਇੰਪਲੀਮੈਂਟੇਸ਼ਨ ਹੁੰਦੀ ਹੈ ਰੂਲ ਦੀ, ਕੋਈ ਚੋਰੀ ਨਹੀਂ ਕਰਦਾ, ਕੋਈ ਗਲਤਕਾਰੀ ਨਹੀਂ ਕਰਦਾ। ਅੱਛਾ ਇਹ ਚੀਜ਼ਾਂ ਇਹੀ ਨੇ ਨਾ ਕਿ ਉੱਥੇ ਉਹਨਾਂ ਨੂੰ ਪਤਾ ਕਿ ਹੱਥ ਵੱਢ ਦਿੱਤੇ ਜਾਂਦੇ ਨੇ, ਠੀਕ ਹੈ। ਔਰ ਹਰ ਮੁਲਕ ਦੇ ਵਿੱਚ ਮੇਰੇ ਖਿਆਲ 'ਚ ਅਗਰ ਇਹ ਹੋਏ ਤਾਂ ਮੇਰੇ ਖਿਆਲ ਕਿਤੇ ਕ੍ਰਾਈਮ ਜਿਵੇਂ ਡਾਕਟਰ ਮਮੀਤਾ ਨਾਲ ਹੋਇਆ, ਇਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਇਸ ਤੋਂ ਪਹਿਲੇ ਇੱਕ ਨਿਰਭਯਾ ਸੀ, ਫਿਰ ਉਹ ਤੁਸੀਂ ਵੇਖਿਆ ਕਿ ਪਿੱਛੇ ਜੇ ਇੱਕ ਟੂਰਿਸਟ ਵੀ ਆਈ ਸੀ, ਉਹਦਾ ਵੀ ਕੰਪਲੇਂਟ ਸੀ ਕਿ ਉਹ ਵੀ ਇੰਡੀਆ ਦੇ ਵਿੱਚ ਇੰਜੋਏ ਹੋਇਆ ਸੀ, ਆਪਣੇ ਮਿਨਾਰੇ ਪਾਕਿਸਤਾਨ ਇੱਥੇ ਲੋਕਾਂ ਨੇ ਉਹ ਮਤਲਬ ਕੁੜੀ ਨਾਲ ਕੀ ਕੀਤਾ, ਉਸ ਤੋਂ ਬਾਅਦ ਉਹ ਰੀਸੈਂਟਲੀ ਉਹ ਇੱਕ ਜਿਹੜਾ ਲਿਬਾਸ ਪਾ ਕੇ ਲਾਹੌਰ ਦੇ ਵਿੱਚ ਮਸਲਾ, ਉਹ ਚਲੋ ਰੇਪ ਦਾ ਨਹੀਂ ਸੀ, ਉਹ ਦੂਸਰਾ ਮਸਲਾ ਸੀ ਕਿ ਉਹਦਾ ਕੱਪੜੇ ਕੁਪੜੇ ਲੋਕਾਂ ਨੇ ਪਾੜਨ ਦੀ ਕੋਸ਼ਿਸ਼ ਕੀਤੀ ਗਏ ਨੇ ਅਰੇਬਿਕ ਲਿਖੀ ਹੈ ਉੱਤੇ, ਲੋਕ ਏਡੇ ਜਾਹਲ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਰਬੀ ਦੇ ਵਿੱਚ ਸਿਰਫ ਕੁਛ ਵੀ ਲਿਖਿਆ, ਸਿਰਫ ਆਪਣੀ ਹੋਲੀ ਬੁੱਕ ਕੁਰਾਨ ਮਜੀਦ ਹੀ ਨਿਗਾ ਨਾਜ਼ਲ ਹੋਇਆ, ਉਹ ਇੱਕ ਜ਼ਬਾਨ ਹੈ, ਉਹਦੇ ਵਿੱਚ ਤੁਸੀਂ ਜੇ ਗਾਲੀ ਵੀ ਕਿਸੇ ਨੂੰ ਲਿਖੀ ਤੁਸੀਂ ਹੁਣ ਕੁਛ ਵੀ ਹੈ ਉਹ ਅਰਬੀ 'ਚ ਉੱਥੇ ਲਿਖਣਗੇ ਨਾ ਜ਼ਾਹਰ ਹੈ। ਲੇਕਿਨ ਇਹ ਹੈ ਕਿ ਆਵਾਮ ਦੇ ਵਿੱਚ ਉਹ ਸ਼ਔਰ ਕੋਨੀ, ਉਹ ਜਾਹਲੀਅਤ, ਉਹ ਚੀਜ਼ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਅਸਲ 'ਚ ਅੱਛਾ ਡਾਕਟਰ ਮਮੀਤਾ ਨਾਲ ਜੋ ਹੋਇਆ ਨਾ ਬਹੁਤ ਬੁਰਾ ਹੋਇਆ, ਇਹਨਾਂ ਦਾ ਜਿਹੜੇ ਮਤਲਬ ਲੋਕ ਨੇ ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਰ ਇਹਨਾਂ ਨੇ ਫਿਲਮ ਬਣਾਈ ਸੀ ਇੱਕ ਗੱਬਰ ਇਜ਼ ਬੈਕ, ਗੱਬਰ ਇਜ਼ ਬੈਕ ਅਕਸ਼ੇ ਦੀ ਫਿਲਮ ਸੀ, ਉਹਦੇ ਵਿੱਚ ਉਹ ਕੀ ਕਰਦਾ ਸੀ ਕਿ ਜਿਹੜਾ ਬੰਦਾ ਕੋਈ ਐਵੇਂ ਦਾ ਕੰਮ ਕਰਨ ਡਿਆ ਉਹਨੂੰ ਫੌਰਨ ਅਗਲਾ ਟੰਗ ਦਿੰਦਾ ਸੀ, ਉਹਨੇ 10 ਟੰਗੇ ਸਨ ਤੇ ਬਾਕੀਆਂ ਨੂੰ ਡਰ ਪੈ ਗਿਆ ਸੀ ਸਾਰਿਆਂ ਨੂੰ, ਠੀਕ ਹੈ, ਸਾਰੇ ਸਿੱਧੇ ਹੋ ਗਏ ਸਨ। ਇਸ ਤਰ੍ਹਾਂ ਹੀ ਜਿਹੜੀ ਵੀ ਗੌਰਮੈਂਟ ਹੈ, ਸਟੇਟ ਹੈ, ਉਹਨੂੰ ਚਾਹੀਦਾ ਕਿ ਕੋਈ ਇਹੋ ਜਿਹੇ ਰੂਲ ਇੱਥੇ ਲਾਣ, ਇੰਪਲੀਮੈਂਟ ਕਰਨ ਕਿ ਜਿਹਦੇ ਨਾਲ ਮਤਲਬ ਅਗਰ ਕੋਈ 10 ਬੰਦੇ ਮਾਰ ਵੀ ਦਿੱਤੇ ਜਾਂਦੇ ਨਾ ਤੇ ਉਹੀ ਮਰਨੇ ਨੇ ਜਿਹੜੇ ਮਤਲਬ ਜ਼ਾਲਮ ਨੇ, ਠੀਕ ਹੈ, ਕ੍ਰਿਮੀਨਲਸ ਜਿਹੜੇ ਨੇ ਉਹ 10 ਮਰ ਜਾਣਗੇ ਨਾ ਤੇ ਅੱਗੋਂ ਕ੍ਰਿਮੀਨਲ ਬਣਨ ਤੋਂ ਰੁਕ ਜਾਣਗੇ, ਅੱਗੇ ਕ੍ਰਿਮੀਨਲ ਵੀ ਬਣਨਗੇ ਤੇ ਕਿਆ ਸਾਰੇ ਕੇਸ ਵੀ ਰੁਕ ਜਾਣਗੇ, ਹਾਂ ਅੱਗੇ ਰੁਕ ਜਾਣਗੇ ਕੰਮ ਜਿਹੜਾ। ਲੇਕਿਨ ਇਹ ਹੈ ਕਿ ਇੱਥੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇਨਸਾਨੀਅਤ, ਜੇ ਜੋ ਵੀ ਸੁਣਦਾ ਹੈ ਨਾ ਡਾਕਟਰ ਮਮੀਤਾ ਦੇ ਬਾਰੇ ਚ ਇੱਕ ਵੀ ਰੂਹ ਤੇ ਕੰਪ ਜਾਂਦਾ ਹੈ, ਜ਼ੁਲਮ ਹੀ ਬਹੁਤ ਕੀਤਾ ਨਾ, ਜ਼ੁਲਮ ਬਹੁਤ। ਹੁਣ ਸਾਡੇ ਇੱਥੇ 302 ਵਾਲੀ ਮਤਲਬ ਲੱਗਦੀ ਹੈ ਤੇ ਉਹ ਉਮਰ ਕੈਦ ਕਰ ਦਿੰਦੇ ਨੇ ਉਹਨੂੰ, ਸਜ਼ਾਏ ਮੌਤ ਦਿੰਦੇ ਹੀ ਕੋਈ ਨਹੀਂ, ਹਾਂ ਦੇਣੀ ਚਾਹੀਦੀ ਹੈ ਸਰ, ਹੋਣੀ ਚਾਹੀਦੀ ਹੈ। ਅਗਰ ਇਹ ਕਰਨਗੇ ਚੰਦ ਲੋਕਾਂ ਤੇ ਬਾਕੀ ਲੋਕਾਂ ਦੇ ਕੰਨ ਖੜੇ ਹੋਣਗੇ, ਆਇੰਦਾ ਤੋਂ ਕੋਈ ਐਸੀ ਹਰਕਤ ਨਹੀਂ ਕਰਨਗੇ, ਐਵੇਂ ਹੀ ਹੈ, ਤਾਂ ਕਿ ਦੂਸਰੀਆਂ ਜ਼ਿੰਦਗੀਆਂ ਵੀ ਬਚ ਸਕਣ। ਅਸਲ 'ਚ ਸਾਡੀਆਂ ਜਿਹੜੇ ਸਿਕਿਉਰਿਟੀ ਅਦਾਰੇ ਨੇ ਜੇ ਆਪਾਂ ਕਹੀਏ ਪੁਲਿਸ ਜਿਹੜੀ ਹੈ ਉਹ ਅਗਰ ਸਿੱਧੀ ਹੋਵੇ ਨਾ ਤੇ ਫਿਰ ਜੇ ਪੁਲਿਸ ਹੀ ਵਿੱਚ ਇਨਵੋਲਵ ਹੋਏ ਹਰ ਚੀਜ਼ ਦੇ ਵਿੱਚ ਤੇ ਫਿਰ ਉਹ ਕਿਵੇਂ ਮਤਲਬ ਮਸਲਾ ਲਵੇਗਾ। ਕ੍ਰਿਮੀਨਲ ਆਉਂਦਾ ਉਹ ਕ੍ਰਾਈਮ ਕਰਦਾ, ਕ੍ਰਾਈਮ ਕਰਕੇ ਉਹਨੂੰ ਪਤਾ ਕਿ ਮੇਰੇ ਕੋਲ ਮਾਲ ਹੈ, ਮੈਂ ਤੇ ਛੁੱਟ ਜਾਣਾ, ਰੁਪਈਏ ਦਾਂਗਾ, ਬਾਹਰ ਆ ਜਾਣਾ। ਚਲੋ ਬਾਕੀ ਆਪਾਂ ਨੈਕਸਟ ਵੀਡੀਓ ਜਿਹੜਾ ਵੇਖਦੇ ਹਾਂ ਤੇ ਅਗਲੇ ਵੀਡੀਓ ਵੱਲ ਚੱਲਦੇ ਹਾਂ ਤੇ ਮਿਲਦੇ ਹਾਂ ਅਗਲੇ ਵੀਡੀਓ 'ਚ।